ਮੁੰਡਾ ਗਿਆ ਦੀ ਪਟਿਆਲੇ ਮੋਟਰਸਾਈਕਲ ਖੜਾ ਗਿਆ ਟੂਲ ਟੈਕਸ ਤੇ ਢਾਲੇ ਝਾੜ ਜਦੋਂ ਪਟਿਆਲੇ ਤੋਂ ਆਇਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਹੁਣ ਮੈਂ ਨਾਭੇ ਤੋਂ ਰੇੜੀ ਲਈ ਆ ਰਿਹਾ ਸੀ ਮੇਰੇ ਮੂਹਰੋਂ ਹੀ ਇਹ ਮੋਟਰਸਾਈਕਲ ਲੰਘ ਗਿਆ ਮੈਨੇ ਸਿਆਣ ਲਿਆ ਮੈਂ ਮਗਰ ਰੇੜੀ ਭਜਾ ਕੇ ਆ ਕੇ ਉਹਦੇ ਮਾੜੀ ਤੇ ਇਹ ਪਾਣੀ ਪੀਣ ਲੱਗ ਗਏ ਤਾਂ ਫੜੇ ਗਏ ਉਹ ਵੀ ਪਾਣੀ ਪੀਣਾ ਇਹਨਾਂ ਪੁੱਛਿਆ ਮੋਟਰਸਾਈਕਲ ਕਿੱਥੋਂ ਚੱਕਿਆ ਇਹ ਜਦੇ ਭੱਜ ਲਏ ਮੰਗ ਜੀ ਸਾਨੂੰ ਤਾਂ ਕੋਈ ਮੰਗ ਨਹੀਂ ਇਹ ਜੀ ਤਾਂ ਇਹ ਅੱਗੇ ਨੂੰ ਇਹਨਾਂ ਨੂੰ ਸੁਧਾਰ ਚਾਹੀਦਾ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਚੱਕਿਆ ਜਾ ਹੁਣ ਦਿਹਾੜੇ ਹੀ ਮਸਾਂ ਦਾ ਮੋਟਰਸਾਈਕਲ ਲੱਤਾ ਦੀ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਪਿੰਡ ਖੇੜੀ ਗਿੱਲਾ ਕੀ ਹੋਇਆ ਪੂਰਾ ਮਾਮਲਾ ਤਾਂ ਇਹ ਹੈ ਜੀ ਮੁੰਡਾ ਗਿਆ ਦੀ ਪਟਿਆਲੇ ਮੋਟਰਸਾਈਕਲ ਖੜਾ ਗਿਆ ਟੂਲ ਟੈਕਸ ਤੇ ਢਾਲੇ ਝਾੜ ਜਦੋਂ ਪਟਿਆਲੇ ਤੋਂ ਆਇਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਤਾਂ ਮੁੜ ਕੇ ਹੁਣ ਮੇਰੇ ਕੋਲ ਸ਼ਾਮ ਨੂੰ ਫੋਨ ਆਇਆ ਮੈਂ ਨਾਭੇ ਦੀ ਰੇੜੀ ਚਲਾਉਣਾ ਤਾਂ ਮੁੰਡੇ ਕਹਿੰਦੇ ਵੀ ਮੋਟਰਸਾਈਕਲ ਨਹੀਂ ਹੈਗਾ ਉੱਥੇ ਮੈਂ ਕਿਹਾ ਵੀ ਤੁਸੀਂ ਚੌਂਕੀ ਚ ਰਾਬਟ ਲਗਾ ਦੋ ਇਹ ਰਾਬਟ ਲਗਾਉਣ ਵੀ ਗਿਆ ਤੇ ਸਰਦਾਰ ਜੀ ਵੀ ਸਾਡੇ ਪਿੰਡ ਵਾਲੇ ਨਾਲ ਗਏ ਤੇ ਚੰਨੋ ਉਹਨਾਂ ਨੂੰ ਵੀ ਪਤਾ ਜੀ ਉਹ ਕਹਿੰਦੇ 24 ਘੰਟਾ ਮੇਰਾ ਟਾਈਮ ਦੇ ਦਿਓ ਵੀ ਕੋਈ ਗੱਲ ਨਹੀਂ ਕਈ ਵਾਰੀ ਭੁਲੇਖੇ ਨਾਲ ਲੈਣਾ ਕੋਈ ਹੁਣ ਮੈਂ ਨਾਭੇ ਤੋਂ ਰੇੜੀ ਲਈ ਆ ਰਿਹਾ ਸੀ ਮੇਰੇ ਮੂਹਰੋਂ ਹੀ ਇਹ ਮੋਟਰਸਾਈਕਲ ਲੰਘ ਗਿਆ ਮੈਨੇ ਸਿਆਣ ਲਿਆ ਮੈਂ ਮਗਰ ਰੇੜੀ ਭਜਾ ਕੇ ਆ ਕੇ ਉਹਦੇ ਮਾੜੀ ਤੇ ਇਹ ਪਾਣੀ ਪੀਣ ਲੱਗ ਗਏ ਤਾਂ ਫੜੇ ਗਏ ਉਹ ਵੀ ਪਾਣੀ ਪੀਣਾ ਇਹਨਾਂ ਪੁੱਛਿਆ ਮੋਟਰਸਾਈਕਲ ਕਿੱਥੋਂ ਚੱਕਿਆ ਇਹ ਜਦੇ ਭੱਜ ਲਏ ਫਿਰ ਉੱਥੋਂ ਡੋਲ ਕੇ ਲਿਆ ਸਾਰੇ ਕਬਾੜ ਤੇ ਉਹਨਾਂ ਨੂੰ ਦੋ ਜਣੇ ਨੇ ਵੀ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਉਹ ਖੜਾ ਪਲੇਟਾਂ ਤੋੜੀਆਂ ਪਈਆਂ ਨੇ ਸਾਰਾ ਕੁਝ ਮੰਗ ਜੀ ਸਾਨੂੰ ਤਾਂ ਕੋਈ ਮੰਗ ਨਹੀਂ ਇਹ ਜੀ ਤਾਂ ਇਹ ਅੱਗੇ ਨੂੰ ਇਹਨਾਂ ਨੂੰ ਸੁਧਾਰ ਚਾਹੀਦਾ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਚੱਕਿਆ ਜਾ ਹੁਣ ਦਿਹਾੜੇ ਹੀ ਮਸਾਂ ਦਾ ਮੋਟਰਸਾਈਕਲ ਲੱਤਾ ਦੀ ਮੁੰਡਾ ਗਿਆ ਦੀ ਪਟਿਆਲੇ ਮੋਟਰਸਾਈਕਲ ਖੜਾ ਗਿਆ ਟੂਲ ਟੈਕਸ ਤੇ ਢਾਲੇ ਝਾੜ ਜਦੋਂ ਪਟਿਆਲੇ ਤੋਂ ਆਇਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਹੁਣ ਮੈਂ ਨਾਭੇ ਤੋਂ ਰੇੜੀ ਲਈ ਆ ਰਿਹਾ ਸੀ ਮੇਰੇ ਮੂਹਰੋਂ ਹੀ ਇਹ ਮੋਟਰਸਾਈਕਲ ਲੰਘ ਗਿਆ ਮੈਨੇ ਸਿਆਣ ਲਿਆ ਮੈਂ ਮਗਰ ਰੇੜੀ ਭਜਾ ਕੇ ਆ ਕੇ ਉਹਦੇ ਮਾੜੀ ਤੇ ਇਹ ਪਾਣੀ ਪੀਣ ਲੱਗ ਗਏ ਤਾਂ ਫੜੇ ਗਏ ਉਹ ਵੀ ਪਾਣੀ ਪੀਣਾ ਇਹਨਾਂ ਪੁੱਛਿਆ ਮੋਟਰਸਾਈਕਲ ਕਿੱਥੋਂ ਚੱਕਿਆ ਇਹ ਜਦੇ ਭੱਜ ਲਏ ਮੰਗ ਜੀ ਸਾਨੂੰ ਤਾਂ ਕੋਈ ਮੰਗ ਨਹੀਂ ਇਹ ਜੀ ਤਾਂ ਇਹ ਅੱਗੇ ਨੂੰ ਇਹਨਾਂ ਨੂੰ ਸੁਧਾਰ ਚਾਹੀਦਾ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਚੱਕਿਆ ਜਾ ਹੁਣ ਦਿਹਾੜੇ ਹੀ ਮਸਾਂ ਦਾ ਮੋਟਰਸਾਈਕਲ ਲੱਤਾ ਦੀ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਪਿੰਡ ਖੇੜੀ ਗਿੱਲਾ ਮਾਮਲਾ ਤਾਂ ਇਹ ਹੈ ਜੀ ਮੁੰਡਾ ਗਿਆ ਦੀ ਪਟਿਆਲੇ ਮੋਟਰਸਾਈਕਲ ਖੜਾ ਗਿਆ ਟੂਲ ਟੈਕਸ ਤੇ ਢਾਲੇ ਝਾੜ ਜਦੋਂ ਪਟਿਆਲੇ ਤੋਂ ਆਇਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਤਾਂ ਮੁੜ ਕੇ ਹੁਣ ਮੇਰੇ ਕੋਲ ਸ਼ਾਮ ਨੂੰ ਫੋਨ ਆਇਆ ਮੈਂ ਨਾਭੇ ਦੀ ਰੇੜੀ ਚਲਾਉਣਾ ਤਾਂ ਮੁੰਡੇ ਕਹਿੰਦੇ ਵੀ ਮੋਟਰਸਾਈਕਲ ਨਹੀਂ ਹੈਗਾ ਉੱਥੇ ਮੈਂ ਕਿਹਾ ਵੀ ਤੁਸੀਂ ਚੌਂਕੀ ਚ ਰਾਬਟ ਲਗਾ ਦੋ ਇਹ ਰਾਬਟ ਲਗਾਉਣ ਵੀ ਗਿਆ ਤੇ ਸਰਦਾਰ ਜੀ ਵੀ ਸਾਡੇ ਪਿੰਡ ਵਾਲੇ ਨਾਲ ਗਏ ਤੇ ਚੰਨੋ ਉਹਨਾਂ ਨੂੰ ਵੀ ਪਤਾ ਜੀ ਉਹ ਕਹਿੰਦੇ 24 ਘੰਟਾ ਮੇਰਾ ਟਾਈਮ ਦੇ ਦਿਓ ਵੀ ਕੋਈ ਗੱਲ ਨਹੀਂ ਕਈ ਵਾਰੀ ਭੁਲੇਖੇ ਨਾਲ ਲੈਣਾ ਕੋਈ ਹੁਣ ਮੈਂ ਨਾਭੇ ਤੋਂ ਰੇੜੀ ਲਈ ਆ ਰਿਹਾ ਸੀ ਮੇਰੇ ਮੂਹਰੋਂ ਹੀ ਇਹ ਮੋਟਰਸਾਈਕਲ ਲੰਘ ਗਿਆ ਮੈਨੇ ਸਿਆਣ ਲਿਆ ਮੈਂ ਮਗਰ ਰੇੜੀ ਭਜਾ ਕੇ ਆ ਕੇ ਉਹਦੇ ਮਾੜੀ ਤੇ ਇਹ ਪਾਣੀ ਪੀਣ ਲੱਗ ਗਏ ਤਾਂ ਫੜੇ ਗਏ ਉਹ ਵੀ ਪਾਣੀ ਪੀਣਾ ਇਹਨਾਂ ਪੁੱਛਿਆ ਮੋਟਰਸਾਈਕਲ ਕਿੱਥੋਂ ਚੱਕਿਆ ਇਹ ਜਦੇ ਭੱਜ ਲਏ ਫਿਰ ਉੱਥੋਂ ਡੋਲ ਕੇ ਲਿਆ ਸਾਰੇ ਕਬਾੜ ਤੇ ਉਹਨਾਂ ਨੂੰ ਦੋ ਜਣੇ ਨੇ ਵੀ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਉਹ ਖੜਾ ਪਲੇਟਾਂ ਤੋੜੀਆਂ ਪਈਆਂ ਨੇ ਸਾਰਾ ਕੁਝ ਮੰਗ ਜੀ ਸਾਨੂੰ ਤਾਂ ਕੋਈ ਮੰਗ ਨਹੀਂ ਇਹ ਜੀ ਤਾਂ ਇਹ ਅੱਗੇ ਨੂੰ ਇਹਨਾਂ ਨੂੰ ਸੁਧਾਰ ਚਾਹੀਦਾ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਚੱਕਿਆ ਜਾ ਹੁਣ ਦਿਹਾੜੇ ਹੀ ਮਸਾਂ ਦਾ ਮੋਟਰਸਾਈਕਲ ਲੱਤਾ ਦੀ ਮੁੰਡਾ ਗਿਆ ਦੀ ਪਟਿਆਲੇ ਮੋਟਰਸਾਈਕਲ ਖੜਾ ਗਿਆ ਟੂਲ ਟੈਕਸ ਤੇ ਢਾਲੇ ਝਾੜ ਜਦੋਂ ਪਟਿਆਲੇ ਤੋਂ ਆਇਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਹੁਣ ਮੈਂ ਨਾਭੇ ਤੋਂ ਰੇੜੀ ਲਈ ਆ ਰਿਹਾ ਸੀ ਮੇਰੇ ਮੂਹਰੋਂ ਹੀ ਇਹ ਮੋਟਰਸਾਈਕਲ ਲੰਘ ਗਿਆ ਮੈਨੇ ਸਿਆਣ ਲਿਆ ਮੈਂ ਮਗਰ ਰੇੜੀ ਭਜਾ ਕੇ ਆ ਕੇ ਉਹਦੇ ਮਾੜੀ ਤੇ ਇਹ ਪਾਣੀ ਪੀਣ ਲੱਗ ਗਏ ਤਾਂ ਫੜੇ ਗਏ ਉਹ ਵੀ ਪਾਣੀ ਪੀਣਾ ਇਹਨਾਂ ਪੁੱਛਿਆ ਮੋਟਰਸਾਈਕਲ ਕਿੱਥੋਂ ਚੱਕਿਆ ਇਹ ਜਦੇ ਭੱਜ ਲਏ ਮੰਗ ਜੀ ਸਾਨੂੰ ਤਾਂ ਕੋਈ ਮੰਗ ਨਹੀਂ ਇਹ ਜੀ ਤਾਂ ਇਹ ਅੱਗੇ ਨੂੰ ਇਹਨਾਂ ਨੂੰ ਸੁਧਾਰ ਚਾਹੀਦਾ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਚੱਕਿਆ ਜਾ ਹੁਣ ਦਿਹਾੜੇ ਹੀ ਮਸਾਂ ਦਾ ਮੋਟਰਸਾਈਕਲ ਲੱਤਾ ਦੀ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਪਿੰਡ ਖੇੜੀ ਗਿੱਲਾ ਮਾਮਲਾ ਤਾਂ ਇਹ ਹੈ ਜੀ ਮੁੰਡਾ ਗਿਆ ਦੀ ਪਟਿਆਲੇ ਮੋਟਰਸਾਈਕਲ ਖੜਾ ਗਿਆ ਟੂਲ ਟੈਕਸ ਤੇ ਢਾਲੇ ਝਾੜ ਜਦੋਂ ਪਟਿਆਲੇ ਤੋਂ ਆਇਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਤਾਂ ਮੁੜ ਕੇ ਹੁਣ ਮੇਰੇ ਕੋਲ ਸ਼ਾਮ ਨੂੰ ਫੋਨ ਆਇਆ ਮੈਂ ਨਾਭੇ ਦੀ ਰੇੜੀ ਚਲਾਉਣਾ ਤਾਂ ਮੁੰਡੇ ਕਹਿੰਦੇ ਵੀ ਮੋਟਰਸਾਈਕਲ ਨਹੀਂ ਹੈਗਾ ਉੱਥੇ ਮੈਂ ਕਿਹਾ ਵੀ ਤੁਸੀਂ ਚੌਂਕੀ ਚ ਰਾਬਟ ਲਗਾ ਦੋ ਇਹ ਰਾਬਟ ਲਗਾਉਣ ਵੀ ਗਿਆ ਤੇ ਸਰਦਾਰ ਜੀ ਵੀ ਸਾਡੇ ਪਿੰਡ ਵਾਲੇ ਨਾਲ ਗਏ ਤੇ ਚੰਨੋ ਉਹਨਾਂ ਨੂੰ ਵੀ ਪਤਾ ਜੀ ਉਹ ਕਹਿੰਦੇ 24 ਘੰਟਾ ਮੇਰਾ ਟਾਈਮ ਦੇ ਦਿਓ ਵੀ ਕੋਈ ਗੱਲ ਨਹੀਂ ਕਈ ਵਾਰੀ ਭੁਲੇਖੇ ਨਾਲ ਲੈਣਾ ਕੋਈ ਹੁਣ ਮੈਂ ਨਾਭੇ ਤੋਂ ਰੇੜੀ ਲਈ ਆ ਰਿਹਾ ਸੀ ਮੇਰੇ ਮੂਹਰੋਂ ਹੀ ਇਹ ਮੋਟਰਸਾਈਕਲ ਲੰਘ ਗਿਆ ਮੈਨੇ ਸਿਆਣ ਲਿਆ ਮੈਂ ਮਗਰ ਰੇੜੀ ਭਜਾ ਕੇ ਆ ਕੇ ਉਹਦੇ ਮਾੜੀ ਤੇ ਇਹ ਪਾਣੀ ਪੀਣ ਲੱਗ ਗਏ ਤਾਂ ਫੜੇ ਗਏ ਉਹ ਵੀ ਪਾਣੀ ਪੀਣਾ ਇਹਨਾਂ ਪੁੱਛਿਆ ਮੋਟਰਸਾਈਕਲ ਕਿੱਥੋਂ ਚੱਕਿਆ ਇਹ ਜਦੇ ਭੱਜ ਲਏ ਫਿਰ ਉੱਥੋਂ ਡੋਲ ਕੇ ਲਿਆ ਸਾਰੇ ਕਬਾੜ ਤੇ ਉਹਨਾਂ ਨੂੰ ਦੋ ਜਣੇ ਨੇ ਵੀ
ਮੋਟਰਸਾਈਕਲ ਮਿਲ ਗਿਆ ਜੀ। ਮੋਟਰਸਾਈਕਲ ਉਹ ਖੜਾ ਹੈ, ਪਲੇਟਾਂ ਤੋੜੀਆਂ ਪਈਆਂ ਨੇ ਸਾਰਾ ਕੁਝ। ਮੰਗ ਜੀ ਸਾਨੂੰ ਤਾਂ ਕੋਈ ਮੰਗ ਨਹੀਂ ਇਹੋ ਜੀ, ਤਾਂ ਅੱਗੇ ਨੂੰ ਇਹਨਾਂ ਨੂੰ ਸੁਧਾਰ ਚਾਹੀਦਾ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਚੱਕਿਆ ਜਾ। ਹੁਣ ਦਿਹਾੜੇ ਮਸਾਂ ਦਾ ਮੋਟਰਸਾਈਕਲ ਲੱਤਾਂ ਦੀ